father not involved in sacrilege, no time frame on SIT. ਭਾਵ ਕਿ ਬਾਦਲ ਦਾ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਕੋਈ ਕਸੂਰ ਨਹੀਂ ਸੀਗਾ ਅਤੇ ਐਸ ਆਈ ਟੀ ਬਣਾਈ ਉਮਰ ਵਿੱਚ ਪ੍ਰਤਾਪ ਸਿੰਘ ਇਹਦਾ ਕੋਈ ਟਾਈਮ ਫਰੇਮ ਹੀ ਹੈ ਨਹੀਂ। ਜੇ ਡੇਰਾ ਸੱਚਾ ਸੌਦਾ ਨੇ ਜਿਹੜੀ ਪੋਸ਼ਾਕ ਪਾਈ ਸੀ ਉਸ ਵਕਤ ਦੇ ਮੁਖੀ ਨੇ, ਜੇ ਉਸ ਵਕਤ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਐਸ ਜੀ ਪੀ ਸੀ ਫਰਮ ਸਟੈਂਡ ਲੈ ਕੇ ਉਹਦੇ 'ਤੇ ਪੂਰਾ ਪੁਖਤਾ ਕਾਰਵਾਈ ਕਰ ਦਿੰਦੀ ਅਤੇ ਇਹ ਮੁਹੱਬਤ ਨਹੀਂ ਸੁਣੀ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਦੀ ਕਦੇ ਪੰਜਾਬ ਦੇ ਵਿੱਚ ਸੋਚਣਾ ਤਾਂ ਕੀ ਕਦੇ ਸੁਪਨਾ ਨਹੀਂ ਸੀ। ਉਹ ਬੇਅਦਬੀਆਂ ਕਰਨ ਵਾਲਿਆਂ ਨੂੰ ਕਿਤੇ ਸਜ਼ਾ ਹੀ ਨਹੀਂ ਦਿੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਰਾਬਰਤਾ ਕਰਦੇ ਨੇ, ਮਰਿਆਦਾ ਭੰਗ ਕਰਦੇ ਨੇ, ਉਹਨਾਂ ਨੂੰ ਬਚਾਇਆ ਜਾਂਦਾ ਵਾ ਅਤੇ ਬੇਅਦਬੀਆਂ ਤਾਂ ਪੰਜਾਬ ਵਿੱਚ ਹੋਈਆਂ ਸੀ। ਪਰ ਜੇ ਪੰਜਾਬ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹੀ ਨਹੀਂ ਮਹਿਫੂਜ਼ ਤਾਂ ਆਲ ਅਦਰ ਇਸ਼ੂਜ਼ ਬਿਕਮ ਐਬਸੋਲੂਟਲੀ ਰਿਡੰਡੈਂਟ ਐਂਡ ਮੀਨਿੰਗਲੈਸ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਅਹਿਮ ਇਸ਼ੂ ਜਿਹੜਾ ਬੜੇ ਲੰਬੇ ਅਰਸੇ ਤੋਂ ਇਨਸਾਫ ਲਈ ਲਟਕ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਦੇ ਵਿੱਚ ਮਾਰੇ ਗਏ ਦੋ ਨੌਜਵਾਨਾਂ ਦਾ ਜਿਹੜਾ ਮਸਲਾ, ਉਹ ਅੱਜ ਆਲਮੋਸਟ 4-4.5 ਸਾਲ ਹੋ ਚੁੱਕੇ। ਬੇਅਦਬੀਆਂ ਪਹਿਲਾਂ ਦੀਆਂ ਸ਼ੁਰੂ ਹੋ ਗਈਆਂ ਸੀ ਅਤੇ 14 ਅਕਤੂਬਰ 2015 ਨੂੰ ਦੋ ਨੌਜਵਾਨਾਂ ਨੂੰ ਬਹਿਬਲ ਕਲਾਂ ਵਿਖੇ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ। ਤੁਸੀਂ ਸਾਰੇ ਇਸ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨਾਲ ਪੂਰੀ ਵਾਕਫੀਅਤ ਰੱਖਦੇ ਹੋ, ਦੁਨੀਆ ਭਰ 'ਚ ਵਾਕਫੀਅਤ ਰੱਖਦੇ ਔਰ ਇਹਦੇ 'ਤੇ ਕਾਫੀ ਵੱਡੇ ਪੱਧਰ 'ਤੇ ਸੰਘਰਸ਼ ਵੀ ਚਲਾਇਆ ਗਿਆ। ਅਨਫੋਰਚੁਨੇਟਲੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਨ੍ਹਾਂ ਲੋਕਾਂ ਨੇ ਬਰਗਾੜੀ ਵਿਖੇ ਮੋਰਚਾ ਲਾਇਆ ਸੀਗਾ ਉਹਨਾਂ ਨੇ ਬਿਨਾਂ ਸੋਚੇ ਸਮਝੇ, ਬਿਨਾਂ ਸਾਰੀ ਸੰਗਤ ਨੂੰ ਕੌਨਫੀਡੈਂਸ ਲਿਆ ਆਪਣਾ ਮੋਰਚਾ ਅਚਾਨਕ ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਚੱਕ ਦਿੱਤਾ, ਜਿਸ ਕਰਕੇ ਬਹੁਤ ਨਮੋਸ਼ੀ ਅਤੇ ਜਿਹੜੀ ਉਦਾਸੀ ਸਾਰੇ ਜਿੱਥੇ ਵੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਬੈਠੇ ਨੇ ਉਹਨਾਂ ਦੇ ਮਨ ਵਿੱਚ ਅਫਸੋਸ ਆਇਆ। ਔਰ ਆਪਾਂ ਦੇਖ ਰਹੇ ਹਾਂ ਕਿ ਪਿੰਤੜੇ ਅਕਾਲੀ ਦਲ ਨੇ ਤਾਂ ਚਲੋ ਸਾਰਾ ਕੁਛ ਉਹ ਜ਼ਿੰਮੇਵਾਰੀ ਸੀਗੇ ਕਰਵਾਉਣ ਦੇ, ਉਹਨਾਂ ਨੇ ਤਾਂ ਦੋਸ਼ੀਆਂ ਨੂੰ ਪੁਲਿਸ ਵਾਲਿਆਂ ਨੂੰ ਕਾਤਲਾਂ ਨੂੰ ਬਚਾਉਣਾ ਹੀ ਬਚਾਉਣਾ ਸੀ ਆਪਣੀ ਸਰਕਾਰ ਤੱਕ, ਉਹਨਾਂ ਤੋਂ ਐਕਸਪੈਕਟਿਡ ਸੀਗਾ। ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇੱਕ ਸਭ ਤੋਂ ਵੱਡਾ ਵਾਅਦਾ ਸੀ ਇਲੈਕਸ਼ਨ ਦੇ ਵਿੱਚ ਕਿ ਸਾਡੀ ਸਰਕਾਰ ਬਣਨ 'ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕ ਚਾਹੇ ਉਹ ਕਿੱਡੀ ਤਾਕਤਵਰ ਹੋਣ, ਕਿਸੇ ਡੇਰੇ ਦੇ ਮੁਖੀ ਹੋਣ ਜਾਂ ਜਿਹੜਾ ਪੁਲਿਸ ਵਾਲਿਆਂ ਨੇ ਦੋ ਸਿੱਖ ਨੌਜਵਾਨ ਮਾਰੇ, ਇਹਨਾਂ ਨੂੰ ਪੂਰੀ ਸਜ਼ਾ ਦੇਣ। ਔਰ ਉਸ ਮਕਸਦ ਲਈ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ, ਜਿਹਨੇ ਕਾਫੀ ਵੋਲੂਮਨਸ ਰਿਪੋਰਟ ਦਿੱਤੀ, ਕਈ ਸੈਂਕੜੇ ਪੇਜਾਂ ਦੀ ਰਿਪੋਰਟ, ਮੇਰਾ ਖਿਆਲ ਆ ਜੇ ਮੈਂ ਗਲਤ ਨਾ ਹੋਵਾਂ ਤਾਂ 1.5 ਸਾਲ ਦੀ ਗਰਾਊਂਡ ਲੈਵਲ 'ਤੇ ਜਾ ਕੇ ਤਹਿਕੀਕਾਤ ਤੋਂ ਬਾਅਦ। ਔਰ ਉਸ ਰਿਪੋਰਟ ਨੂੰ ਪਿਛਲੇ 28 ਅਗਸਤ 2018 ਉਹਦਾ 8-10 ਘੰਟੇ ਡਿਬੇਟ ਚੱਲਿਆ ਪੰਜਾਬ ਦੀ ਵਿਧਾਨ ਸਭਾ 'ਚ, ਸਾਰੇ ਕਾਂਗਰਸ ਦੇ ਮਿਨਿਸਟਰਸ ਨੇ, ਕਾਂਗਰਸ ਦੇ MLAs ਨੇ ਬੜੇ ਜ਼ੋਰਦਾਰ ਢੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਿਹਾ ਸੀਗਾ ਕਿ ਇਸ ਮਸਲੇ 'ਤੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਅਤੇ ਜਿਹੜੇ ਲੋਕ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਲੇਕਿਨ ਅਨਫੋਰਚੁਨੇਟਲੀ ਉਸ ਵਿਧਾਨ ਸਭਾ ਦੇ ਸੈਸ਼ਨ ਬੀਤੇ ਨੂੰ ਵੀ ਕਾਫੀ ਟਾਈਮ ਹੋ ਗਿਆ, ਆਲਮੋਸਟ 1 ਸਾਲ ਤੋਂ ਉੱਤੇ ਹੋ ਗਿਆ ਹੁਣ, ਅੱਜ ਆਪਾਂ 2019 ਦੀ 24 ਸਪਟੈਂਬਰ 'ਚ ਖੜ੍ਹੇ ਹਾਂ ਅਤੇ ਅੱਜ ਸਭ ਤੋਂ ਅਫਸੋਸਨਾਕ ਜਿਹੜਾ ਸਟੇਟਮੈਂਟ ਆਈ ਕੈਪਟਨ ਅਮਰਿੰਦਰ ਸਿੰਘ ਦੀ ਉਹ ਆ, ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਇਹ ਅੱਜ ਦੀ ਟਾਈਮ ਹਿੰਦੁਸਤਾਨ ਟਾਈਮਜ਼ ਅਖਬਾਰ ਆ, ਨੈਸ਼ਨਲ ਪੇਪਰ ਆ, ਬਹੁਤ ਵੱਡਾ ਫੁੱਲ ਪੇਜ ਇੰਟਰਵਿਊ ਆ,
ਉਹਨਾਂ ਦਾ ਹੈਡਿੰਗ ਹੀ ਉਹਨਾਂ ਨੇ ਲਾਇਆ ਬਾਦਲ ਨੋਟ ਇਨਵੋਲਵ ਇਨ ਸੈਕਰੀਲੇਜ ਨੋ ਟਾਈਮ ਫਰੇਮ ਔਨ ਐਸਆਈਟੀ ਭਾਵ ਕਿ ਬਾਦਲ ਦਾ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਕੋਈ ਕਸੂਰ ਨਹੀਂ ਸੀਗਾ ਅਤੇ ਐਸਆਈਟੀ ਜਿਹੜੀ ਬਣਾਈ ਕੁੰਵਰ ਵਿਜੇ ਪ੍ਰਤਾਪ ਸਿੰਘ ਇਹਦਾ ਕੋਈ ਟਾਈਮ ਫਰੇਮ ਹੀ ਹੈ ਨਹੀਂ ਇਸ ਬਿਆਨ ਨੇ ਸਮੂਹ ਜਿਹੜਾ ਜਿਹੜੇ ਲੋਕ ਇਸ ਇਸ਼ੂ ਦੇ ਨਾਲ ਕਨੈਕਟਡ ਨੇ ਉਹਨਾਂ ਦੇ ਮੈਂ ਕਹਿੰਦਾ ਕਿ ਉਹਨਾਂ ਨੂੰ ਉਹਨਾਂ ਵਾਸਤੇ ਬਹੁਤ ਮਾੜੀ ਖਬਰ ਦਿੱਤੀ ਕੈਪਟਨ ਅਮਰਿੰਦਰ ਸਿੰਘ ਔਰ ਜੇ ਤੁਸੀਂ ਕਹਿੰਦੇ ਕਿ ਬਾਦਲਾਂ ਦੀ ਇਨਵੋਲਵਮੈਂਟ ਹੀ ਹੈ ਨਹੀਂ ਤਾਂ ਫਿਰ ਆਪਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਿਉਂ ਬਣਾਇਆ ਸੀਗਾ ਫਿਰ ਆਪਾਂ ਨੂੰ ਐਸਆਈਟੀ ਵੀ ਬਣਾਉਣ ਦੀ ਲੋੜ ਨਹੀਂ ਸੀ ਫਿਰ ਤਾਂ ਥੱਲੇ ਕਿਸੇ ਥਾਣੇਦਾਰ ਨੂੰ ਕਹਿ ਦਿੰਦੇ ਜਿਹੜੇ ਹੌਲਦਾਰ ਥਾਣੇਦਾਰਾਂ ਨੇ ਗੋਲੀ ਮਾਰੀ ਸੀ ਅਤੇ ਚੰਦ ਦੋਸ਼ੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਰਕੇ ਪਾੜੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਫੜ ਕੇ ਥਾਣੇਦਾਰ ਅੰਦਰ ਦੇ ਦਿੰਦਾ ਐਸਆਈਟੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਇਸ ਲਈ ਬਣਾਇਆ ਗਿਆ ਸੀਗਾ ਕਿਉਂਕਿ ਇਹਦਾ ਜਿਹੜਾ ਇਹਦੇ ਰੈਮੀਫਿਕੇਸ਼ਨ ਸੀਗੇ ਇਸ ਕੇਸ 'ਤੇ ਉਹ ਬਹੁਤ ਵੱਡੇ ਬੰਦਿਆਂ ਵੱਲ ਜਾਂਦੀ ਸੀ ਬਾਦਲ ਵੱਲ ਜਾਂਦੀ ਸੀ ਸੁਖਬੀਰ ਬਾਦਲ ਵੱਲ ਜਾਂਦੀ ਸੀ ਸੁਮੇਧ ਸਿੰਘ ਸੈਣੀ ਵੱਲ ਜਾਂਦੀ ਸੀ ਔਰ ਡੇਰਾ ਸੱਚਾ ਸੌਦਾ ਦੇ ਮੁਖੀ ਵੱਲ ਜਾਂਦੀ ਸੀ ਜੇ ਡੇਰਾ ਸੱਚਾ ਸੌਦਾ ਨੇ ਜਿਹੜੀ ਪੋਸ਼ਾਕ ਪਾਈ ਸੀ ਉਸ ਵਕਤ ਤੋਂ ਉਹਦੇ ਮੁਖੀ ਨੇ ਜੇ ਉਸ ਵਕਤ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਐਸ ਜੀ ਪੀ ਸੀ ਫਰਮ ਸਟੈਂਡ ਲੈ ਕੇ ਉਹਦੇ 'ਤੇ ਪੂਰਾ ਪੁਖਤਾ ਕਾਰਵਾਈ ਕਰ ਦਿੰਦੇ ਅਤੇ ਇਹ ਨੌਬਤ ਹੀ ਨਹੀਂ ਸੀ ਆਉਣੀ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਦੀ ਕਦੀ ਪੰਜਾਬ ਦੇ ਵਿੱਚ ਸੋਚਣਾ ਤਾਂ ਕੀ ਕਦੀ ਸੁਪਨਾ ਵੀ ਨਹੀਂ ਸੀ ਲੈਣਾ ਪਰ ਕਿਉਂਕਿ ਪੰਜਾਬ ਸਰਕਾਰ ਨੇ ਉਹਦੇ 'ਤੇ ਕੰਪਰੋਮਾਈਜ਼ ਕੀਤਾ ਵੋਟਾਂ ਦੀ ਖਾਤਰ ਅਤੇ ਜਿਹੜਾ ਮੁਕੱਦਮਾ ਐੱਫ ਆਈ ਆਰ ਜਿਹੜੀ ਪੋਸ਼ਾਕ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਜਿਹੜਾ ਬਰਾਬਰੀ ਕੀਤੀ ਸੀ ਉਹ ਕੇਸ ਜਦੋਂ ਬਠਿੰਡੇ ਦੀ ਅਦਾਲਤ ਵਿੱਚ ਗਿਆ ਅਤੇ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪੁਲਿਸ ਨੇ ਉਹਦੇ 'ਤੇ ਕੋਈ ਫੋਲੋ ਅਪ ਐਕਸ਼ਨ ਨਹੀਂ ਔਰ ਬਲਕਿ 2012 ਦੀ ਅਸੈਂਬਲੀ ਤੋਂ ਪਹਿਲਾਂ ਐਨ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਸੈਸ਼ਨ ਜੱਜ ਦੇ ਟ੍ਰਾਇਲ ਚੱਲਦੀ ਸੀਗੀ ਉਹਦੇ ਵਿੱਚ ਕੈਂਸਲੇਸ਼ਨ ਰਿਪੋਰਟ ਫਾਈਲ ਕਰਕੇ ਅਕਾਲੀ ਦਲ ਦੀ ਸਰਕਾਰ ਨੇ ਅਤੇ ਡੇਰਾ ਮੁਖੀ ਨੂੰ ਉਹਦੇ 'ਚੋਂ ਬਾਇਜ਼ ਡਿਸਚਾਰਜ ਕਰਾ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਵੀ ਸਾਨੂੰ ਕੌਣ ਛੇੜਨ ਵਾਲਾ ਅਕਾਲੀ ਦਲ ਦੀ ਸਰਕਾਰ ਸਾਡੇ ਨਾਲ ਆ ਫਿਰ ਉਹਨਾਂ ਨੇ ਕਹਿ ਕੇ ਮਿੱਥ ਕੇ ਬੁਰਜ ਜਵਾਹਰ ਸਿੰਘ ਵਾਲੇ ਤੋਂ ਅੱਗੇ ਬੇਅਦਬੀਆਂ ਦਾ ਕੰਮ ਸ਼ੁਰੂ ਕਰਿਆ ਸੁਭਾਵਿਕ ਸੀਗਾ ਕਿ ਲੋਕਾਂ ਨੇ ਐਜੀਟੇਟ ਕਰਨਾ ਸੀਗਾ ਲੋਕਾਂ ਨੇ ਐਜੀਟੇਟ ਕੀਤਾ ਅਤੇ ਉੱਥੇ ਮੋਰਚਾ ਲੱਗਿਆ ਉੱਥੇ ਧਰਨੇ ਮੁਜ਼ਾਹਰੇ ਹੋਏ ਕੋਟਕਪੂਰੇ ਦੇ ਚੌਂਕ ਵਿੱਚ ਜਾਂ ਬਹਿਬਲ ਕਲਾਂ ਦੇ ਵਿੱਚ ਅਤੇ ਪੁਲਿਸ ਕਿਉਂਕਿ ਹੈਂਕੜ ਵਿੱਚ ਸੀ ਸਾਰੇ ਕਿ ਸਾਨੂੰ ਸ਼ਰਨ ਮਿਲ ਰਹੀ ਹੈ ਸਰਕਾਰ ਵੱਲੋਂ ਜਿਹੜੇ ਲੋਕ ਜਿਹੜੇ ਪਹਿਲਾਂ ਹੀ ਨੋਨ ਐਂਟੀ ਸਿੱਖ ਅਫਸਰ ਸੀਗੇ ਜਿਨ੍ਹਾਂ 'ਤੇ ਪਹਿਲਾਂ ਹੀ ਧੱਬੇ ਲੱਗੇ ਸੀ ਝੂਠੇ ਪੁਲਿਸ ਮੁਕਾਬਲਿਆਂ ਦੇ ਉਹਨਾਂ ਨੇ ਦਗੜ ਦਗੜ ਕਰਕੇ ਹੁਕਮ ਦੇ ਕੇ ਅਤੇ ਉੱਥੇ ਦੋ ਸਿੱਖ ਨੌਜਵਾਨ ਮਾਰਤੇ 14 ਅਕਤੂਬਰ ਦੀ ਸਵੇਰ ਨੂੰ ਅਤੇ ਗੋਲੀ ਚਲਾਈ ਕੋਟਕਪੂਰੇ ਦੇ ਵਿੱਚ ਹੁਣ ਇਹ ਕਹਿੰਦੇ ਕੈਪਟਨ ਸਾਹਿਬ ਕਿ ਬੇਅਦਬੀ ਦੇ ਵਿੱਚ ਉਹਨਾਂ ਦਾ ਰੋਲ ਹੀ ਕੋਈ ਨਹੀਂ ਵੀ ਜੇ ਬਤੌਰ ਚੀਫ ਮਿਨਿਸਟਰ ਅਤੇ ਬਤੌਰ ਡਿਪਟੀ ਚੀਫ ਮਿਨਿਸਟਰ ਉਹ ਬੇਅਦਬੀਆਂ ਕਰਨ ਵਾਲਿਆਂ ਨੂੰ ਕਿਤੇ ਸਜ਼ਾ ਹੀ ਨਹੀਂ ਦਿੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਰਾਬਰਤਾ ਕਰਦੇ ਨੇ ਮਰਿਆਦਾ ਭੰਗ ਕਰਦੇ ਨੇ ਉਹਨਾਂ ਨੂੰ ਬਚਾਇਆ ਜਾਂਦਾ ਵਾ ਅਤੇ ਫਿਰ ਬੇਅਦਬੀਆਂ ਤਾਂ ਪੰਜਾਬ ਦੇ ਵਿੱਚ ਹੋਈਆਂ ਸੀਗੀਆਂ ਦੂਸਰਾ ਕਿ ਜਿਹੜਾ ਗੋਲੀਆਂ ਚੱਲੀਆਂ ਬਹਿਬਲ ਕਲਾਂ ਦੇ ਵਿੱਚ ਅਤੇ ਕੋਟਕਪੂਰੇ ਵਿੱਚ ਉਹਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਹੁਤ ਕੈਟੇਗੋਰੀਕਲੀ ਕਲੀਅਰ ਕੱਟ ਲਿਖਿਆ ਕਿ ਸ਼ਾਇਦ 14 ਅਕਤੂਬਰ 2015 ਦੀ ਤੜਕੇ 2 ਵਜੇ ਸਵੇਰੇ ਅੱਧ ਰਾਤ ਹੀ ਕਹਿ ਲਈਏ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵਕਤ ਦੇ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਫੋਨ ਕੀਤਾ ਕਿਉਂ ਕੀਤਾ ਕੋਈ 2 ਵਜੇ ਨੋਰਮਲ ਕੋਰਸ ਵਿੱਚ ਕਿਸੇ ਕਦੀ ਚੀਫ ਮਿਨਿਸਟਰ ਕਦੀ ਕਿਸੇ ਅਫਸਰ ਨੂੰ ਫੋਨ ਕਰੇਗਾ ਕੋਈ ਆਫਟਰ ਆਲ ਕੀ ਕਹਿੰਦੇ ਹੁੰਦੇ ਕਿ ਬਹੁਤ ਅਲਾਰਮਿੰਗ ਸਿਚੁਏਸ਼ਨ ਸੀਗੀ ਤਾਂ ਉਦਣ 2 ਵਜੇ ਗੱਲ ਕੀਤੀ ਅਤੇ ਉਸ ਤੋਂ ਬਾਅਦ ਉਸੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਕਿ ਉਸ ਤੋਂ ਬਾਅਦ ਜਿਹੜਾ ਡਿਪਟੀ ਕਮਿਸ਼ਨਰ
ਫਰੀਦਕੋਟ ਉਹ ਕੌਂਸਟੈਂਟਲੀ ਡੀ ਜੀ ਪੀ ਦੇ ਨਾਲ ਇਨ ਟੱਚ ਸੀਗਾ ਔਰ ਉਹ ਕੌਂਸਟੈਂਟਲੀ ਮਨਤਾਰ ਸਿੰਘ ਬਰਾੜ ਦੇ ਟੈਲੀਫੋਨ ਦੇ ਰਾਹੀਂ ਉਹ ਚੀਫ ਮਿਨਿਸਟਰ ਦੇ ਨਾਲ ਵੀ ਗੱਲਾਂ ਬਾਤਾਂ ਉਹਨਾਂ ਦੀਆਂ ਹੁੰਦੀਆਂ, ਥ੍ਰੀ ਵੇ ਕਨਵਰਸੇਸ਼ਨ ਉੱਥੇ ਹੁੰਦੀ ਰਹੀ ਔਰ ਇਹ ਵੀ ਫਾਈਂਡਿੰਗ ਦਿੱਤੀ ਗਈ ਆ ਕਿ ਜਾਂ ਕਿਹਾ ਗਿਆ ਆਇਆ ਸਾਹਮਣੇ ਐੱਸ ਆਈ ਟੀ ਦੇ ਵਿੱਚ ਵੀ ਰਿਪੋਰਟ ਆਈ ਆ ਕਿ ਸੁਮੇਧ ਸਿੰਘ ਸੈਣੀ ਨੇ ਕਲੇਮ ਕੀਤਾ ਕਿ ਮੈਨੂੰ ਤੁਸੀਂ ਚਿੰਤਾ ਨਾ ਕਰੋ ਮੈਂ 3-4 ਮਿੰਟ 'ਚ ਕੋਟਕਪੂਰੇ ਦਾ ਧਰਨਾ ਚੁਕਾ ਦੂੰਗਾ ਔਰ ਉਹੀ ਗੱਲ ਹੋਈ। 2 ਵਜੇ ਸਵੇਰੇ ਤੜਕੇ 14 ਅਕਤੂਬਰ ਨੂੰ ਚੀਫ ਮਿਨਿਸਟਰ ਪੰਜਾਬ ਡੀ ਜੀ ਪੀ ਨਾਲ ਗੱਲ ਕਰਦਾ ਅਤੇ ਉਸ ਤੋਂ ਬਾਅਦ ਸਵੇਰੇ 6:15 ਵਜੇ ਕੋਟਕਪੂਰੇ ਦਾ ਧਰਨਾ ਚੱਕਿਆ ਜਾਂਦਾ, ਗੋਲੀਆਂ ਚਲਾਈਆਂ ਜਾਂਦੀਆਂ, ਉਹਦੇ 'ਚ ਇੱਕ ਅਜੀਤ ਸਿੰਘ ਨਾਮੀ ਵਿਅਕਤੀ 'ਤੇ ਗੋਲੀ ਵੀ ਲੱਗਦੀ ਆ। ਪੁਲਿਸ ਉਹਦੇ 'ਤੇ ਕੋਈ ਕੇਸ ਰਜਿਸਟਰ ਨਹੀਂ ਕਰਦੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਮੁਦਾਖਲਤ ਤੋਂ ਬਾਅਦ 307 ਦਾ ਮੁਕੱਦਮਾ ਦਰਜ ਹੁੰਦਾ। ਉਹੀ ਪੁਲਿਸ ਦੇ ਹੈਂਕੜਬਾਜ ਅਫਸਰ ਵੀ ਬਾਈਬਲ ਕਲਾਂ ਜਾਂਦੇ ਜਿਹੜੇ ਲੋਕ ਭੁੰਜੇ ਬੈਠੇ ਸੀ, ਇਹ ਕਿਹਾ ਗਿਆ ਕਿ ਥੱਲੇ ਨੂੰ ਜਿਹੜੇ ਪੀਸਫੁਲੀ ਧਰਨਾ ਦੇ ਰਹੇ ਸੀਗੇ ਉਹਨਾਂ 'ਤੇ ਥੱਲੇ ਨੂੰ ਪੁਲਿਸ ਦੀ ਗੋਲੀ ਜਦੋਂ ਵੱਜੀ ਆ, ਇਹਦਾ ਮਤਲਬ ਕਿ ਉਹ ਪੁਲਿਸ ਫਾਇਰਿੰਗ ਦੇ ਵਿੱਚ ਇੱਕ ਸ਼ਿਕਾਰ ਹੋ ਕੇ 2 ਸਿੱਖ ਨੌਜਵਾਨ ਮਾਰੇ। ਹੁਣ ਇੰਨੀਆਂ ਫਾਈਂਡਿੰਗਸ ਤੋਂ ਬਾਅਦ ਔਰ ਐੱਸ ਆਈ ਟੀ ਨੇ ਜਿਹੜਾ ਇਨਵੈਸਟੀਗੇਸ਼ਨ ਕੀਤੀ, ਐੱਸ ਆਈ ਟੀ ਦੀ ਇਨਵੈਸਟੀਗੇਸ਼ਨ ਨੂੰ ਵੀ ਟੋਰਪੀਡੋ ਕੀਤਾ ਗਿਆ। ਐੱਸ ਆਈ ਟੀ ਦੇ ਮੁਖੀ ਨੂੰ ਜਿਹੜਾ ਸੀਗਾ ਉਹ ਸਡਨਲੀ ਇਲੈਕਸ਼ਨਸ ਵਿੱਚ ਇਲੈਕਸ਼ਨ ਕਮਿਸ਼ਨ ਦੀ ਪਹੁੰਚ ਕਰਕੇ ਅਕਾਲੀ ਦਲ ਨੇ ਉਹਨੂੰ ਬਦਲਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਵੀ ਡਿਫੈਂਡ ਨਹੀਂ ਕੀਤਾ ਅੱਛੇ ਤਰੀਕੇ ਨਾਲ, ਜਿੰਨਾ ਸਟਰੋਂਗਲੀ ਉਸ ਵਕਤ ਉਹਨੂੰ ਡਿਫੈਂਡ, ਕਿਉਂਕਿ ਉਹਦਾ ਤਾਂ ਇਲੈਕਸ਼ਨ ਡਿਊਟੀ ਨਾਲ ਕੋਈ ਤੁਲਕ ਨਹੀਂ ਸੀਗਾ, ਵੋਟਾਂ ਪਾਉਣ ਨਾਲ ਕੋਈ ਤੁਲਕਾਤ ਹੀ ਨਹੀਂ ਸੀਗਾ। ਸਿਮਿਲਰਲੀ ਜਿੰਨੇ ਦੋਸ਼ੀ ਸੀ ਜਿਹੜੇ ਐੱਸ ਐੱਸ ਪੀ ਲੈਵਲ ਦੇ, ਡੀ ਐੱਸ ਪੀ ਲੈਵਲ ਦੇ, ਡੀ ਆਈ ਜੀ ਲੈਵਲ ਦੇ, ਕੋਈ ਆਈ ਜੀ ਯੂ ਜੀ, ਸਾਰਿਆਂ ਨੇ ਜਾ ਕੇ ਐਂਟੀਸਪੇਟਰੀ ਬਿੱਲਾਂ ਲੈ ਲਈਆਂ। ਕਦੇ ਤੁਸੀਂ ਕਤਲ ਵਿੱਚ ਜਿਹੜਾ ਚਰਨਜੀਤ ਸ਼ਰਮਾ ਕਤਲ 'ਚ ਜਾਂ 1-2 ਅਫਸਰ ਹੋਰ ਨੇ ਜਿਹਨਾਂ 'ਤੇ 302 ਦਾ ਪਰਚਾ, ਕਦੇ ਉਹਨਾਂ ਦੀ ਜ਼ਮਾਨਤਾਂ ਸੁਣਦੀਆਂ ਹੁੰਦੀਆਂ ਦੇਖੀਆਂ? ਕਦੇ ਕਿਸੇ ਆਮ ਬੰਦੇ ਦੀ ਨੋਰਮਲ ਛੋਟੇ ਜਿਹੇ ਓਫੈਂਸ ਵਿੱਚ ਵੀ ਕੋਈ ਕੋਰਟ ਕੋਈ ਅਦਾਲਤ ਛੇਤੀ ਦੇ ਕੇ ਜ਼ਮਾਨਤਾਂ ਨਹੀਂ ਕਰਦੇ? ਲੇਕਿਨ ਇਸ 302 ਵਿੱਚ ਲੋਕਾਂ ਦੀਆਂ ਜ਼ਮਾਨਤਾਂ ਹੋਣਗੀਆਂ, 307 ਵਿੱਚ ਲੋਕਾਂ ਦੀਆਂ ਐਂਟੀਸਪੇਟਰੀ ਬੇਲਾਂ ਹੋਣਗੀਆਂ ਸਾਰੇ ਪੁਲਿਸ ਵਾਲਿਆਂ ਨੂੰ। ਪੰਜਾਬ ਸਰਕਾਰ ਉੱਥੇ ਵੀ ਮੂਕ ਦਰਸ਼ਕ ਬਣ ਕੇ ਬੈਠੀ ਰਹੀ, ਕੁਛ ਨਹੀਂ ਕੀਤਾ। ਔਰ ਮੈਂ ਇਹ ਕਹਿਣਾ ਚਾਹੁੰਦਾ, ਮੈਂ ਕੋਈ ਐਗਰੋਵੇਟ ਨਹੀਂ ਕਰ ਰਿਹਾ, ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਾਰੇ ਸਤਿਕਾਰਯੋਗ ਵੀਰੋ ਅਤੇ ਭੈਣੋ, ਜਿਸ ਦੇਸ਼ ਜਾਂ ਜਿਸ ਸੂਬੇ ਦੇ ਵਿੱਚ ਤੁਹਾਡਾ ਧਰਮ ਮਹਿਫੂਜ਼ ਨਹੀਂ ਗਾ ਜਾਂ ਤੁਹਾਡਾ ਇਸ਼ਟ ਮਹਿਫੂਜ਼ ਨਹੀਂ ਗਾ, ਅਤੇ ਆਹ ਦੂਜੀਆਂ ਗੱਲਾਂ ਕਿ ਅਸੀਂ ਸੜਕਾਂ ਬਣਾਵਾਂਗੇ, ਅਸੀਂ ਸਕੂਲ ਬਣਾਵਾਂਗੇ, ਅਸੀਂ ਹਸਪਤਾਲ, ਇਹ ਸਾਰੀਆਂ ਬੇਮੈਨੇ ਹੋ ਜਾਂਦੀਆਂ ਨੇ। ਜੇ ਇਕੱਲਾ ਡਿਵੈਲਪਮੈਂਟ ਇਸ਼ੂ ਸੀ ਵਰਲਡ ਦੇ ਵਿੱਚ, ਤਾਂ ਫਿਰ ਤਾਂ ਬ੍ਰਿਟਿਸ਼ ਦਾ ਕਲੋਨੀਅਲ ਰੂਲ ਕਦੀ ਖਤਮ ਨਹੀਂ ਹੋਣਾ ਚਾਹੀਦਾ। ਉਹ ਸਾਡੇ ਨਾਲ ਬੈਟਰ ਸੜਕਾਂ ਬਣਾਉਂਦੇ ਸੀ, ਉਹ ਸਾਡੇ ਨਾਲ ਬੈਟਰ ਕਨਾਲ ਸਿਸਟਮ ਦੇ ਕੇ ਗਏ ਨੇ ਇਸ ਦੇਸ਼ ਵਿੱਚ, ਸਾਡੇ ਨਾਲ ਬੈਟਰ ਰੇਲਵੇ ਲਾਈਨਸ ਵਿਛਾ ਕੇ ਗਏ, ਜਿਹੜੀਆਂ 60-65 ਸਾਲ ਅੱਗੇ ਕੋਈ ਰੇਲਵੇ ਲਾਈਨ ਨਹੀਂ ਵਧਾ ਸਕੇ, ਹੁਣ ਵਧੀਆਂ ਵਾ ਪਹਾੜੀ ਇਲਾਕਿਆਂ, ਜੰਮੂ ਕਸ਼ਮੀਰ ਦੇ ਵਿੱਚ ਜਾਂ ਹੋਰਨਾਂ ਇਲਾਕਿਆਂ ਦੇ ਵਿੱਚ। ਸਾਡੇ ਨਾਲ ਬੈਟਰ ਐਡਮਿਨਿਸਟ੍ਰੇਸ਼ਨ ਦੇ ਕੇ ਗਏ, ਉਹਨਾਂ ਦੇ ਡੀ ਸੀ ਵਗੈਰਾ ਸਾਰੇ ਪੋਲੀਟੀਕਲ ਇੰਟਰਫੇਰੈਂਸ ਨਹੀਂ ਸੀ ਝੱਲਦੇ ਜਿੱਦਾਂ ਹੁਣ ਮੁਦਾਖਲਤ ਚੱਲਦੇ, ਉਹ ਇਨਸਾਫ ਕਰਦੇ ਸੀਗੇ। ਅਗਰ ਇਕੱਲਾ ਡਿਵੈਲਪਮੈਂਟ ਅਤੇ ਐਡਮਿਨਿਸਟ੍ਰੇਸ਼ਨ ਇਸ਼ੂ ਸੀਗਾ, ਤਾਂ ਫਿਰ ਤਾਂ ਕਿਸੇ ਮੁਲਕ ਨੂੰ, ਸਾਊਥ ਅਫਰੀਕਾ ਨੂੰ, ਇੰਡੀਆ ਨੂੰ, ਜਾਂ ਜਿਹੜੀਆਂ ਕੋਲੋਨੀਜ਼ ਫਰੈਂਚ ਅਤੇ ਇੰਗਲੈਂਡ ਦੇ ਥੱਲੇ ਸੀ, ਗੋਆ ਵਰਗੀਆਂ, ਪੁਰਤਗਾਲ ਵਰਗੀਆਂ ਜਾਂ ਹੋਰ, ਉਹਨਾਂ ਨੂੰ ਕਦੀ ਕੋਈ ਲੋੜ ਹੀ ਨਹੀਂ ਸੀਗੀ ਆਜ਼ਾਦੀ ਮੰਗਣ ਵਾਸਤੇ। ਆਜ਼ਾਦੀ ਕਿਉਂ ਮੰਗਦੇ ਹਾਂ? ਤਾਂ ਕਿ ਅਸੀਂ ਸਾਰੇ ਸੁੱਖ ਦਾ ਸਾਹ ਲੈ ਸਕੀਏ, ਆਪਣਾ ਧਰਮ, ਆਪਣਾ ਸੱਭਿਆਚਾਰ, ਆਪਣੀ ਜ਼ੁਬਾਨ ਨੂੰ ਪ੍ਰੋਪਰਲੀ ਪ੍ਰੀਚ ਕਰ ਸਕੀਏ। ਆਜ਼ਾਦੀ ਦਾ ਮਤਲਬ ਇਹ ਆ। ਪਰ ਜੇ ਪੰਜਾਬ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹੀ ਨਹੀਂ ਮਹਿਫੂਜ਼, ਤਾਂ ਆਲ ਅਦਰ ਇਸ਼ੂਜ਼ ਬਿਕਮ ਐਬਸੋਲੂਟਲੀ ਰਿਡੰਡੈਂਟ ਐਂਡ ਮੀਨਿੰਗਲੈਸ। ਇਹ ਇਸ ਦਾ ਇੱਕ ਹੈਗਾ ਵਾ। ਜਿਹੜੇ ਕਹਿੰਦੇ ਕਿ ਨਸ਼ੇ ਨਹੀਂ ਰੁਕ ਰਹੇ, ਜਾਂ ਜਿਹੜਾ ਤੁਸੀਂ ਕਹਿੰਦੇ ਆ ਕਿ ਥਾਣਿਆਂ ਵਿੱਚ ਬੇਇਨਸਾਫੀ ਹੋ ਰਹੀ ਆ, ਉਹ ਤਾਂ ਹੋਊਗੀ, ਕਿਉਂਕਿ ਜੇ ਸਟੇਟ ਦੇ ਵਿੱਚ
ਤੁਹਾਡੇ ਰਿਲੀਜਨ ਮਹਿਫੂਜ਼ ਨਹੀਂ ਗਾ। ਉਸ ਸਟੇਜ ਦੇ ਵਿੱਚ ਤੁਸੀਂ ਆ ਜਿਹੜਾ ਛੋਟੀਆਂ ਛੋਟੀਆਂ ਗੱਲਾਂ ਦੀ ਇਨਸਾਫ ਮੰਗਦੇ ਹੋ, ਜਿੱਦਾਂ ਫਰਜ਼ ਕਰੋ ਬਟਾਲੇ ਵਿੱਚ ਬਲਾਸਟ ਹੋਵੇ, ਕਿੱਦਾਂ ਇਨਸਾਫ ਦੇ ਦੂ? ਜਿਹੜੀ ਗਵਰਨਮੈਂਟ ਆਪਣੇ ਜਿਹੜੀ ਗਵਰਨਮੈਂਟ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਇੱਕ ਸੈਕੂਲਰ ਆਈਡੀਓਲੋਜੀ ਹੈ ਜਿਹਦੇ ਵਿੱਚ ਸਾਰੇ ਧਰਮਾਂ ਦੀ ਬਾਣੀ ਦਰਜ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇੱਕ ਵਾਰ ਇਰਾਨ ਦੇ ਪ੍ਰਾਈਮ ਮਿਨਿਸਟਰ ਆਏ ਸੀ ਮਿਸਟਰ ਰਫਸੰਜਾਨੀ, ਅਤੇ ਉਸ ਵਕਤ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸੀ ਮਿਸਟਰ ਪੀ ਨਰਸਿਮਹਾ ਰਾਓ। ਨਰਸਿਮਹਾ ਰਾਓ 'ਚ ਹੋਰ ਕਈ ਅਵਗੁਣ ਹੋਣਗੇ, ਬਟ ਹੀ ਵਾਜ਼ ਵੈਰੀ ਲਰਨਡ ਮੈਨ ਐਂਡ ਹੀ ਆਲਮੋਸਟ ਸਪੋਕ 7 ਡਿਫਰੈਂਟ ਲੈਂਗੁਏਜਸ। ਅਤੇ ਉਹਨੂੰ ਰਫਸੰਜਾਨੀ ਨੇ, ਇਰਾਨ ਦੇ ਪ੍ਰਾਈਮ ਮਿਨਿਸਟਰ ਨੇ ਪੁੱਛਿਆ, ਪ੍ਰੈਜੀਡੈਂਟ ਨੇ ਪੁੱਛਿਆ ਕਿ ਇਹ ਸਿੱਖ ਕੌਣ ਨੇ? ਗੁਰੂ ਗ੍ਰੰਥ ਸਾਹਿਬ ਉਹ ਕਹਿੰਦਾ ਜੀ ਕਿ ਜੇ ਸਾਰੇ ਧਰਮਾਂ ਦਾ ਨਿਚੋੜ ਕੱਢਿਆ ਜਾਵੇ ਲੇਟੈਸਟ, ਤਾਂ ਸਾਰੇ ਧਰਮਾਂ ਦਾ ਨਿਚੋੜ ਕੱਢ ਕੇ ਜੇ ਮੈਂ ਕਹਾਂ ਉਹ ਧਰਮ ਸਿੱਖ ਹੈ। ਸਾਰਿਆਂ ਵਾਸਤੇ ਸਾਂਝੀ ਗੱਲ ਕੀਤੀ ਗਈ, ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ। ਖਾਲਸਾ ਏਡ ਵਰਗੇ ਜਿੱਥੋਂ ਉਹਨਾਂ ਦਾ ਕੋਈ ਸਰੋਕਾਰ ਨਹੀਂ ਗਾ, ਸਿਰੀਆ 'ਚ ਜਾਂ ਬਰਮਾ 'ਚੋਂ ਉੱਜੜੇ ਰਿਫਿਊਜੀਆਂ ਤੱਕ ਪਹੁੰਚ ਕਰਦੇ ਨੇ, ਕੇਰਲਾ ਫਲੱਡਸ ਆਉਂਦੇ ਨੇ, ਖਾਲਸਾ ਏਡ ਪਹੁੰਚਦੀ, ਕਿਉਂਕਿ ਸਾਡੇ ਧਰਮ, ਸਾਡੇ ਗੁਰੂ ਸਾਹਿਬਾਨ ਸਾਨੂੰ ਮਨੁੱਖਤਾ ਲਈ, ਸਰਬੱਤ ਦੇ ਭਲੇ ਲਈ ਕੰਮ ਕਰਨਾ ਸਿਖਾ ਕੇ। ਅਤੇ ਜਦ ਉਹ ਆਪ ਹੀ ਇੱਥੇ ਸੇਫ ਨਹੀਂ, ਔਰ ਪੰਜਾਬ ਜਾਂ ਤਾਂ ਹੁੰਦਾ ਨਾ ਕਿਤੇ ਹਰਿਆਣੇ ਵਿੱਚ ਜਾਂ ਛੱਤੀਸਗੜ੍ਹ ਵਿੱਚ ਕਿਤੇ ਬੇਦਬੀਆਂ ਹੋਈਆਂ ਤਾਂ ਸਮਝ ਆਉਂਦੀ ਸੀ ਕਿ ਯਾਰ ਉੱਥੋਂ ਦੀਆਂ ਸਰਕਾਰਾਂ ਤਾਂ ਹੋਰ ਨੇ, ਪਰ ਪੰਜਾਬ ਦੇ ਵਿੱਚ ਜਿੱਥੇ ਸਿੱਖ ਵਸੂਆਂ, ਜਿੱਥੇ ਪੰਜਾਬ ਕਿਤੇ ਸਿੱਖ ਨਹੀਂ, ਗੁਰੂ ਨਾਨਕ ਨੂੰ ਕਿੰਨੀ ਦੁਨੀਆ ਗੁਰੂ ਨਾਨਕ ਨਾਮ ਲੇਵਾ ਵਾ, ਸਾਰੇ ਵਿਸ਼ਵ 'ਚ ਬੈਠੇ ਆਪਾਂ ਉਹਨਾਂ ਦਾ ਦਿਨ ਮਨਾਉਣ ਜਾ ਰਹੇ ਹਾਂ ਨਾ। ਤੁਸੀਂ ਦੇਖਣਾ ਕਿਸ ਤਰ੍ਹਾਂ ਦੇ ਸਮਾਗਮ, ਕਿਸ ਤਰ੍ਹਾਂ ਦੇ ਇਕੱਠ ਹੋਣਗੇ, ਪਰ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਸਰਕਾਰਾਂ ਇਨਸਾਫ ਦੇਣ ਤੋਂ ਮੁਨਕਰ ਹੈ। ਔਰ ਮੈਂ ਆਪ ਮੰਦਰ ਮਸਜਿਦ ਦਾ ਵਿਵਾਦ ਉੱਠਿਆ, ਹੁਣ ਇਸ ਵਕਤ ਇੰਡੀਆ ਇੰਡੀਪੈਂਡੈਂਟ ਹੈ, BJP ਹਰ ਜਗ੍ਹਾ ਦੇ ਉੱਤੇ ਮੰਦਰ ਤੈਨਾਤ ਨੇ, ਉਹਨਾਂ ਨੂੰ ਕੋਈ ਲੋੜ ਤਾਂ ਨਹੀਂ ਕੀਤੀ, ਪਰ ਉਹਨਾਂ ਨੇ ਅਯੋਧਿਆ ਦੇ ਵਿੱਚ ਮੰਦਰ ਦਾ ਕਲੇਮ ਕਿਉਂ ਕੀਤਾ? ਕਿਉਂਕਿ ਉਹਨਾਂ ਨੇ ਇਸ਼ਟ ਦੀ ਗੱਲ, ਦੂਜੇ ਪਾਸੇ ਮੁਸਲਮਾਨ ਆਪਣੇ ਇਸ਼ਟ ਵਾਸਤੇ ਲੜ ਰਹੇ ਨੇ। ਜੇ ਇਕੱਲਾ ਵਿਕਾਸ ਹੀ ਸੀ ਤਾਂ ਵਿਕਾਸ ਤਾਂ ਫਿਰ BJP ਕਰਾ ਹੀ ਰਹੀ ਆ, ਇੱਟਾਂ ਲਾ ਰਹੀ ਆ, ਸੜਕਾਂ ਲਾ ਰਹੀ ਆ, ਬਿਲਡਿੰਗਾਂ ਬਣ ਰਹੀਆਂ ਨੇ, ਮੌਲ ਬਣ ਰਹੇ ਨੇ, ਵਾਈ? ਬਿਕੋਜ਼ ਜਿੱਥੇ ਜਿਸ ਜਗ੍ਹਾ ਦੇ ਉੱਤੇ ਤੁਹਾਡੀ ਬਿਲੀਫ, ਤੁਹਾਡਾ ਜਿੱਥੇ ਤੁਹਾਡਾ ਵਿਸ਼ਵਾਸ ਆ, ਜੇ ਉਸ ਵਿਸ਼ਵਾਸ ਦੀ ਹੀ ਸੈਂਕਟੀ ਨਹੀਂ ਗੀ, ਉਸ ਵਿਸ਼ਵਾਸ ਦੀ ਸਿਕਿਉਰਿਟੀ ਨਹੀਂ ਗੀ, ਤਾਂ ਫਿਰ ਤੁਹਾਡੇ ਵਰਗਿਆਂ ਦੀ, ਮੇਰੇ ਵਰਗਿਆਂ ਦੀ, ਛੋਟੇ ਛੋਟੇ ਜਿਹੜੇ ਇੰਸੀਡੈਂਟਸ ਹੋ ਰਹੇ ਨੇ ਪੰਜਾਬ ਦੇ ਵਿੱਚ, ਇਹਨਾਂ 'ਤੇ ਆਪਾਂ ਕਿੱਦਾਂ ਇਨਸਾਫ ਲੈ ਲਵਾਂਗੇ? ਹਾਈਲੀ ਇੰਪੋਸੀਬਲ। ਸੋ ਮੈਨੂੰ ਬੜਾ ਦੁੱਖ ਹੋਇਆ ਕੈਪਟਨ ਸਾਹਿਬ ਦੀ ਆ ਇੰਟਰਵਿਊ ਪੜ੍ਹ ਕੇ, ਉਹਨਾਂ ਨੂੰ ਕਲੈਰੀਫਾਈ ਕਰਨਾ ਚਾਹੀਦਾ, ਜੋ ਵੀ ਅਗਰ ਉਹਨਾਂ ਨੇ ਕੋਈ ਅਧਿਪ ਚੇਦੀ ਗੱਲ ਰਿਪੋਰਟ ਕੀਤੀ ਆ ਪੇਪਰ ਨੇ, ਹੀ ਮਸਟ ਕਮ ਆਊਟ ਵਿਦ ਅ ਕੈਟੇਗੋਰੀਕਲ ਸਟੇਟਮੈਂਟ ਕਿ ਬਿਲਕੁਲ ਗਲਤ, ਕਿਉਂਕਿ ਇਹਨਾਂ ਦੀ ਸਟੇਟਮੈਂਟ ਤੋਂ ਬਾਅਦ ਹੁਣ SIT ਵੀ ਰਿਡੰਡੈਂਟ ਹੋ ਗਈ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਕਿੱਦਾਂ ਬਾਦਲ ਦੇ ਖਿਲਾਫ ਐਕਸ਼ਨ ਕਰਨ ਦੀ ਸੋਚੂਗਾ? ਜਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇੰਨੀ ਵੱਡੀ ਰਿਪੋਰਟ, ਉਹ ਬਿਲਕੁਲ ਮੈਂ ਸਮਝਦਾ ਉਹਨੂੰ ਬੇਮੈਨੇ ਕਰ ਦਿੱਤਾ ਇੱਕ ਸਟੇਟਮੈਂਟ ਨੇ, ਕਿਉਂਕਿ ਚੀਫ ਮਿਨਿਸਟਰ ਹੈਜ਼ ਆਲਰੇਡੀ ਗਿਵਨ ਇਸ ਵਰਡਿਕਟ, ਹਾਲੇ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋਈਆਂ, ਹਾਲੇ ਪੈਰਵਾਈ ਕਾਰਵਾਈ ਚੱਲ ਰਹੀ ਆ, ਪਰ ਚੀਫ ਮਿਨਿਸਟਰ ਨੇ ਕਹਿਤਾ ਕਿ ਫਲਾਨਾ ਜਿਹੜਾ ਬੰਦਾ ਬੇਗੁਨਾਹ ਵਾ, ਅਤੇ ਫਿਰ ਹੁਣ ਇਨਸਾਫ ਕਿਸ ਤਰ੍ਹਾਂ ਮਿਲੇਗਾ, ਕਿਸ ਤਰ੍ਹਾਂ ਲਿਆ ਜਾਵੇਗਾ? ਇਹ ਬਹੁਤ ਵੱਡਾ ਇੱਕ ਇਸ਼ੂ। ਔਰ ਇਹ ਲੈਟ ਮੀ ਟੈਲ ਯੂ, ਕਈ ਵਾਰ ਲੋਕ ਕਹਿ ਦਿੰਦੇ ਨੇ ਜੀ, ਜਿੱਦਾਂ ਹੁਣ ਕੈਪਟਨ ਸਾਹਿਬ ਨੇ ਕਈ ਵਾਰੀ ਦੋ ਤਿੰਨ ਸਟੇਟਮੈਂਟ ਦਿੱਤੀਆਂ ਕਿ 1984 ਦਾ ਜਿਹੜਾ ਸਿੱਖਾਂ ਦਾ ਕਤਲੇਆਮ ਉਸਨੂੰ ਪਿੱਛੇ ਛੱਡ ਦੇਣਾ ਚਾਹੀਦਾ, ਭੁੱਲ ਜਾਣਾ, ਇਹ ਭੁੱਲਣ ਵਾਲੀਆਂ ਚੀਜ਼ਾਂ ਨਹੀਂ ਗੀਆਂ, ਇਹ ਇੱਦਾਂ ਹੀ ਰਹਿਣਗੀਆਂ, ਇਹ ਬਲਦੀਆਂ ਰਹਿਣਗੀਆਂ, ਔਰ ਇਹ ਧੱਬਾ ਰਹਿਣਗੇ ਪੰਜਾਬ ਸਰਕਾਰ 'ਤੇ ਅਤੇ ਸਾਡੇ ਦੇਸ਼ ਦੇ ਸੰਵਿਧਾਨ 'ਤੇ ਜਦੋਂ ਤੱਕ ਇਸ ਤਰ੍ਹਾਂ ਦੇ ਇੰਪੋਰਟੈਂਟ ਇਸ਼ੂ ਸੈਟਲ ਨਹੀਂ ਹੋਣਗੇ। 14 ਅਕਤੂਬਰ ਉਹਨਾਂ ਦੋ ਸਿੱਖ ਜਿਹੜੇ ਨੌਜਵਾਨ ਬੈਬਲ 'ਚ ਮਾਰੇ ਗਏ ਸੀ, ਉਹਨਾਂ ਦੀ ਬਰਸੀ ਆ ਰਹੀ, ਤਾਂ ਮੈਂ ਅਸੀਂ ਸਭ ਨਾਲ ਗੱਲ ਕਰਾਂਗੇ, ਕਿਉਂਕਿ ਹੋ ਸਕਦਾ ਮੇਰੇ ਇਕੱਲੇ 'ਚ ਇੰਨੀ ਸਮਰੱਥਾ ਨਹੀਂ ਗੀ, ਅਸੀਂ ਸਾਰੀਆਂ ਪਾਰਟੀਆਂ ਦੇ ਬਸ਼ਿੰਦਿਆਂ ਨੂੰ ਅਪਰੋਚ ਕਰਾਂਗੇ ਕਿ ਆਓ ਇੱਕ ਵਾਰ ਫਿਰ ਆਪਾਂ ਉੱਥੇ ਉਦੋਂ ਨੂੰ 14 ਅਕਤੂਬਰ ਨੂੰ ਰੋਸ ਦਿਵਸ ਜਾਂ ਕਾਲਾ ਦਿਵਸ ਉਸੇ ਤਰ੍ਹਾਂ ਹੀ ਕਾਲੇ ਝੰਡੇ ਲੈ ਕੇ ਕਰਨਾ ਪਊਗਾ, ਕਿਉਂਕਿ ਜੇ ਆਪਾਂ ਨੂੰ ਇੱਥੇ ਇਨਸਾਫ ਨਾ ਮਿਲਿਆ
ਤਾਂ ਫਿਰ ਆਹ ਜਿਹੜਾ ਸਿਸਟਮ ਸਾਰਾ ਡੀਰੇਲ ਆਲਰੇਡੀ ਹੋ ਚੁੱਕਾ ਵੈਸੇ, ਤਾਂ ਉਹ ਸਾਡੇ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਨੇ ਛੱਡ ਕੇ, ਔਰ ਥੋੜ੍ਹੀ ਤਾਦਾਦ 'ਚ ਨਹੀਂ ਜਾ ਰਹੇ, ਲੱਖਾਂ ਦੀ ਤਾਦਾਦ 'ਚ। ਤੁਸੀਂ ਦੇਖ ਲਓ ਸਾਰੇ ਆਈਲੈਟਸ ਦੇ ਸੈਂਟਰ ਇੰਨੇ ਖੁੱਲ੍ਹੇ ਹੋਏ ਨੇ, ਔਰ ਲੱਖਾਂ ਦੀ ਤਾਦਾਦ ਵਿੱਚ ਸਾਡਾ ਨੌਜਵਾਨ ਪੜ੍ਹਿਆ ਲਿਖਿਆ ਵਰਕ ਬੈਸਟ ਹਿਊਮਨ ਰਿਸੋਰਸ ਪੰਜਾਬ ਛੱਡ ਕੇ ਜਾ ਰਿਹਾ, ਕਿਉਂਕਿ ਬੱਚਿਆਂ ਨੂੰ ਪਤਾ ਵਾ ਕਿ ਕੁਛ ਨਹੀਂ ਕਰ ਰਿਹਾ। ਉਹਨਾਂ ਦੇ ਸਾਹਮਣੇ ਅੱਖਾਂ 'ਤੇ ਸਾਰੀ ਤਸਵੀਰ ਆ ਰਹੀ ਆ, ਨਾ ਇੱਥੇ ਸਾਡੇ ਕੋਲ ਨੌਕਰੀਆਂ ਨੇ, ਨਾ ਇੱਥੇ ਕੋਈ ਇਨਸਾਫ ਦਾ ਰਾਜ ਆ, ਨਾ ਇੱਥੇ ਸਾਡਾ ਕੋਈ ਭਵਿੱਖ ਆ। ਔਰ ਉਹਦੇ 'ਚ ਇਹ ਵੀ ਗੱਲ ਇਹ ਕਿਹਾ ਕਿ ਜੇ ਸਾਡੇ ਗੁਰੂ ਦਾ ਭਵਿੱਖ ਜੇ ਸਾਡਾ ਗੁਰੂ ਹੀ ਮਹਿਫੂਜ਼ ਨਹੀਂ ਪੰਜਾਬ ਦੇ ਵਿੱਚ, ਤਾਂ ਆਮ ਨਾਗਰਿਕ ਨੂੰ ਕਿਸੇ ਨੇ ਕੀ ਪੁੱਛਣਾ। ਇਸ ਲਈ ਇੱਥੋਂ ਕੂਚ ਕਰੀ ਜਾਂਦੇ ਨੇ, ਔਰ ਮੈਂ ਮਾਫ਼ ਕਰਨਾ, ਅਗਰ ਇਸੇ ਤਰ੍ਹਾਂ ਹੀ ਪੰਜਾਬ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਗਾ ਜਦੋਂ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਇੱਡੀ ਭਾਰੀ ਚੇਂਜ ਹੋਵੇਗੀ ਕਿ ਇੱਥੇ ਨੌਨ ਪੰਜਾਬੀ ਆ ਜਾਣਗੇ, ਅਤੇ ਸਾਰੇ ਪੰਜਾਬ ਦੇ ਲੋਕ ਜਿਹੜੇ ਨੇ ਆਲਰੇਡੀ 60 ਲੱਖ ਦੇ ਕਰੀਬ, ਮੈਂ ਕਹਿ ਸਕਦਾ ਦਾਅਵੇ ਨਾਲ 3.25 ਕਰੋੜ ਆਬਾਦੀ 'ਚੋਂ 60 ਲੱਖ ਦੇ ਕਰੀਬ ਪੰਜਾਬੀ ਜਿਹੜੇ ਨੇ ਉਹ ਵਿਦੇਸ਼ਾਂ ਵਿੱਚ ਜਾ ਚੁੱਕੇ ਨੇ। ਕੋਈ ਜਾਂਦਾ ਆਪਣਾ ਦੇਸ਼ ਛੱਡ ਕੇ, ਆਪਣੀ ਧਰਤੀ ਛੱਡ ਕੇ ਕੋਈ ਜਾਂਦਾ, ਕੋਈ ਜਿਹੜੇ ਦੇਸ਼ ਅੱਛੇ ਨੇ ਉਹਨਾਂ 'ਚੋਂ ਛੱਡ ਕੇ ਕੋਈ ਪੰਜਾਬ 'ਚ ਆਉਂਦਾ? ਕੋਈ ਫਰਾਂਸ, ਜਰਮਨੀ, ਇਟਲੀ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਈਵਨ ਮਲੇਸ਼ੀਆ, ਈਵਨ ਯੂ ਨੋ ਇੰਡੋਨੇਸ਼ੀਆ, ਈਵਨ ਦੁਬਈ, ਈਵਨ ਮਿਡਲ ਈਸਟ, ਜੋਰਡਨ, ਈਵਨ ਲੈਬਨੋਨ, ਇਹਨਾਂ ਮੁਲਕਾਂ 'ਚੋਂ ਕਦੀ ਕੋਈ ਯੂਨਾਨ, ਇੱਧਰੋਂ ਕੋਈ ਸੁਣਦਾ ਤੁਸੀਂ ਇਹ ਉਹ ਪੰਜਾਬ ਦੇ ਵਿੱਚ ਵਾਪਸ, ਉਹ ਪੰਜਾਬ 'ਚ ਨੌਕਰੀ ਕਰਨ ਲਈ ਆ ਰਹੇ ਨੇ? ਕਿਉਂ ਨਹੀਂ ਆ ਰਹੇ? ਬਿਕੋਜ਼ ਪੰਜਾਬ ਇੱਕ ਬਹੁਤ ਰੈਪੂਟੇਸ਼ਨ ਆਪਣੀ ਗਵਾ ਰਿਹਾ। ਔਰ ਜਿੱਦਣ ਤੁਸੀਂ ਆਹ ਇਨਸਾਫ ਰਿਸਟੋਰ ਕਰ ਦਿਓਗੇ, ਦੇਖਣਾ ਤੁਸੀਂ, ਜਿੱਦਣ ਤੁਸੀਂ ਇਨਸਾਫ ਰਿਸਟੋਰ ਕਰ ਦਿਓਗੇ ਕਿ ਹਾਂ ਅਸੀਂ ਤਾਕਤਵਰ ਬੰਦਿਆਂ ਦੇ ਖਿਲਾਫ਼ ਐਕਸ਼ਨ ਲੈ ਲਿਆ, ਇੱਕ ਐਕਸ਼ਨ ਦੇ ਨਾਲ ਸਮੂਹ ਅਫਸਰਸ਼ਾਹੀ 'ਚੋਂ ਮੈਸੇਜ ਚੱਲ ਜਾਵੇਗਾ। ਹੁਣ ਤੱਕ ਇਹ ਮੈਸੇਜ ਆ ਰਿਹਾ ਕਿ ਤੁਸੀਂ ਚਿੰਤਾ ਨਾ ਕਰੋ, ਸਰਕਾਰ ਤੁਹਾਡੇ ਨਾਲ। ਕਤਲ ਕਰਤਾ ਕੋਈ ਗੱਲ ਨਹੀਂ। ਆਹ 4 ਯੂਪੀ ਦੇ ਪੁਲਿਸ ਵਾਲਿਆਂ ਨੇ ਇੱਕ ਸਹਾਰਨ ਮਾਜਰਾ ਪਿੰਡ ਦਾ ਮੁੰਡਾ ਫੇਕ ਇਨਕਾਊਂਟਰ 'ਚ ਮਾਰਿਆ ਸੀਗਾ, ਅਤੇ ਹਲੇ 4 ਸਾਲ ਹੀ ਕੈਦ ਕੱਟੀ ਸੀ। CBI ਕੋਰਟ ਨੇ ਉਹਨੂੰ ਉਮਰ ਕੈਦ ਸੁਣਾਈ ਸੀ ਸਾਰੇ UP ਦੇ ਅਫਸਰਾਂ ਨੂੰ, ਅਤੇ ਸਾਡੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਸਾਹਿਬ ਪਿਛਲੀ ਸਰਕਾਰ ਨੇ ਰਲ ਕੇ ਗਵਰਨਰ ਸਾਹਿਬ ਕੋਲੋਂ ਉਹਨਾਂ ਨੂੰ ਪਾਰਡਨ ਦਵਾ ਦਿੱਤਾ। ਇਹਦਾ ਮਤਲਬ ਹੈ ਕਿ ਪੁਲਿਸ ਨੂੰ ਇਹ ਮੈਸੇਜ ਜਾ ਰਿਹਾ ਵਾ ਕਿ ਤਕੜੇ ਹੋ ਕੇ ਕੁੱਟੋ, ਮਾਰੋ, ਕਤਲ ਕਰੋ, ਝੂਠੇ ਪੁਲਿਸ ਮੁਕਾਬਲੇ ਬਣਾਓ, ਅਸੀਂ ਨਾਲ ਬੈਠੇ ਹਾਂ ਤੁਹਾਡੇ। ਇਹੀ ਮੈਸੇਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਦੇ ਮੁੱਦੇ ਦੇ ਉੱਤੇ ਜਾ ਰਿਹਾ ਵਾ, ਤਾਂ ਮੈਂ ਕਹਿੰਦਾ ਵਾਂ ਕਿ ਇਸ ਇਸ਼ੂ ਨੂੰ ਛੱਡਿਆ ਨਹੀਂ ਜਾ ਸਕਦਾ। ਮੈਨੂੰ ਪਤਾ ਇਹ ਔਖਾ ਵਾ ਪਾਸ, ਕਿਉਂਕਿ ਏਜੰਸੀਆਂ ਬੜੀਆਂ ਇਨਵੋਲਵ ਨੇ। ਅਕਸਰ ਕਿਸੇ ਨੇ ਬਰਗਾੜੀ ਦਾ ਜਿਹੜਾ ਮੋਰਚਾ ਉਠਵਾਇਆ ਚਤੁਰਾਈ ਨਾਲ, ਹੁਸ਼ਿਆਰੀ ਨਾਲ, ਜਾਂ ਕੋਈ ਡਰਾਵਾ ਦੇ ਕੇ ਉਹਨਾਂ ਨੇ ਉਠਾਇਆ ਸੀਗਾ। ਮੈਨੂੰ ਪਤਾ ਇੱਥੇ ਸਟਰਗਲ ਕਰਨਾ ਬਹੁਤ ਔਖਾ, ਇੱਥੇ ਕਈ ਤਰ੍ਹਾਂ ਦੀਆਂ ਤੁਹਾਨੂੰ ਇਹ ਇੰਨਾ ਮਲਾਈਨ ਕਰ ਸਕਦੇ। ਮੇਰੇ ਕੋਲ ਹੁਣ ਟੀ ਵੀ ਇੰਟਰਵਿਊ ਵਾਲੇ ਬੈਠੇ ਨੇ ਪ੍ਰਾਈਮ ਏਸ਼ੀਆ ਵਾਲੇ, ਅਤੇ ਉਹ ਗੱਲਾਂ ਚੱਲ ਰਹੀਆਂ ਸੀ ਕਿ ਜਿਹਨਾਂ ਲੋਕਾਂ ਨੇ ਯਾਰ ਗੁਨਾਹ ਕੀਤਾ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਗਾ ਅੱਜ ਤੱਕ। ਕਰਪਸ਼ਨ ਹੋਈ ਪਿਛਲੇ 10 ਸਾਲ ਅਕਾਲੀ ਦਲ ਦੇ ਰਾਜ 'ਚ, ਨੋ ਇਨਕੁਆਇਰੀ। ਡਰੱਗਸ ਦਾ ਐਡਾ ਵੱਡੇ ਇਲਜ਼ਾਮ ਲੱਗੇ ਇਹਨਾਂ ਦੇ ਮਿਨਿਸਟਰਸ ਉੱਤੇ, ਨੋ ਇਨਕੁਆਇਰੀ। ਮੈਨੂੰ ਸੁਪਰੀਮ ਕੋਰਟ ਤੱਕ ਲੈ ਕੇ ਗਏ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਸੁਪਰੀਮ ਕੋਰਟ ਤੱਕ। ਔਰ ਯੂ ਵਿਲ ਬੀ ਸਰਪ੍ਰਾਈਜ਼ਡ, ਔਰ ਮੈਂ ਬੜਾ ਹੈਰਾਨ ਹਾਂ, 5 ਮੈਂਬਰ ਜੱਜਸ ਦਾ ਇੱਕ ਬੈਂਚ ਕੋਨਸਟੀਟਿਊਟ ਹੋ ਰਿਹਾ, ਇਕੱਲਾ ਮੇਰਾ ਕੇਸ ਸੁਣਨਾ, ਜਿਹਦੇ 'ਚ ਮੇਰੀ ਰੱਤਾ ਭਰ ਵੀ ਕੋਈ ਇਨਵੋਲਵਮੈਂਟ ਨਹੀਂ, ਆਈ ਹੈਵ ਨਥਿੰਗ ਟੂ ਡੂ ਐਟ ਆਲ। ਪਰ ਮੈਨੂੰ ਉਹਨਾਂ ਨੇ ਘੜੀਸ ਕੇ, ਜਸਟ ਬਿਕੋਜ਼ ਮੈਂ ਐਜ਼ ਲੀਡਰ ਆਫ ਓਪੋਜੀਸ਼ਨ ਮੈਂ ਵੋਕਲ ਸੀ, ਮੈਂ ਗਵਰਨਮੈਂਟ ਨੂੰ ਸਪੇਅਰ ਨਹੀਂ ਸੀ ਕਰਦਾ, ਮੈਂ ਕੰਪਰੋਮਾਈਜ਼ ਨਹੀਂ ਸੀ ਕਰਦਾ। ਇੱਥੇ ਕੰਪਰੋਮਾਈਜ਼ ਦੀ ਨੀਤੀ ਦੇ ਨਾਲ ਚੱਲ ਰਹੇ, ਹੁਣ ਦੇਖੋ ਨਾ ਤੁਸੀਂ, ਆਹ ਬਾਦਲ ਦੇ ਕੈਪਟਨ ਦੀ ਕੰਪਰੋਮਾਈਜ਼ ਹੀ ਆ ਨਾ ਲੋਕਾਂ ਨੂੰ। ਤੁਹਾਡਾ ਕੀ ਖਿਆਲ ਹੈ ਕਿ ਆਹ ਬਿਆਨ ਲੋਕਾਂ ਨੂੰ ਦਿਸੂਗਾ? ਨਹੀਂ, ਆਹ ਬਿਆਨ ਸਮਝ ਨਹੀਂ ਆਊਗਾ ਕਿ ਪਿਛਲੇ 2.5 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ, ਤੁਹਾਡਾ ਖਿਆਲ ਉਹਨੂੰ ਨਜ਼ਰ ਨਹੀਂ ਆਵੇਗਾ? ਲੋਕ ਸਭ ਕੁਝ ਨਜ਼ਰ ਆਵੇ, ਹੋਰ ਬਹੁਤ ਇਸ਼ੂਜ਼ ਨੇ, ਬਟ ਇਹ ਬਹੁਤ ਇੰਪੋਰਟੈਂਟ ਇਸ਼ੂ, ਭਾਸ਼ਾ ਦਾ ਇਸ਼ੂ ਬਹੁਤ ਉੱਠਿਆ ਹੈ, ਸਪੋਕਨ ਔਨ ਦੈਟ ਆਲਸੋ, ਕਿ ਇੱਕ ਟੋਟਲੀ ਅਨਐਕਸੈਪਟੇਬਲ ਕਿ ਸਾਡੀ ਭਾਸ਼ਾ ਨੂੰ ਕੋਈ ਆਣ ਕੇ ਇੱਥੋਂ ਟੋਰਪੀਡੋ ਕਰੇ ਅਤੇ ਹਿੰਦੀ ਨੂੰ ਲਾਗੂ ਕਰੇ। ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ, ਪਰ ਜਿੱਥੇ ਤੁਸੀਂ ਜੰਮਦੇ ਹੋ, ਪੈਦਾ ਹੁੰਦੇ ਹੋ, ਜੋ ਤੁਹਾਡੇ ਸੰਸਕਾਰ ਨੇ, ਸੱਭਿਆਚਾਰ ਆ, ਉਹਨੂੰ ਅਸੀਂ ਕਦੀ ਵੀ ਨਹੀਂ ਛੱਡ ਸਕਦੇ। ਔਰ ਮੈਨੂੰ ਪੂਰਨ, ਔਰ ਕੁਛ ਲੋਕਾਂ ਨੇ ਇਸ ਨੂੰ
ਲਾਈਟਲੀ ਲਿਆ, ਕੁਛ ਇਸ਼ੂ ਵੀ ਬਣਿਆ। ਇੱਕ ਚੰਗੇ ਪੋਪੂਲਰ ਗੁਰਦਾਸ ਮਾਨ ਨੂੰ ਇੱਦਾਂ ਦੀ ਗੱਲ ਕਹਿਣੀ ਨਹੀਂ ਸੀ ਚਾਹੀਦੀ। ਉਹ ਪੰਜਾਬੀ ਕਰਕੇ ਤਾਂ ਸਾਰੀ ਦੁਨੀਆਂ 'ਚ ਛਾਇਆ ਹੋਇਆ। ਜੇ ਫਰਜ਼ ਕਰੋ ਪੰਜਾਬੀ 'ਚ ਨਾ ਗਾਉਂਦਾ ਹੁੰਦਾ ਤਾਂ ਗੁਰਦਾਸ ਮਾਨ ਦਾ ਨਾਮ ਹੀ ਹੋਣਾ ਸੀ। ਗਲਤ ਕੀਤਾ ਉਸਨੇ। ਆਈ ਥਿੰਕ ਇਸ਼ੂ ਕਮ ਆਊਟ ਐਂਡ ਐਡਮਿਟ ਇਸ ਕੇਸ। ਕਦੀ ਮਾਫ਼ੀ ਮੰਗ ਕੇ ਬੰਦਾ ਛੋਟਾ ਨਹੀਂ ਹੁੰਦਾ ਜ਼ਿੰਦਗੀ। ਅਗਰ ਕੋਈ ਗਲਤੀ ਹੋਈ ਆ ਤੁਸੀਂ ਸਵੀਕਾਰ ਕਰਦੇ ਕਿ ਹਾਂ ਮੇਰੇ ਕੋਲ ਫਨ ਹੈ। ਪਰ ਫਿਰ ਮੈਂ ਕਮਿੰਗ ਬੈਕ, ਆ ਬਹੁਤ ਮੰਦਭਾਗੀ ਸਟੇਟਮੈਂਟ ਹੈ। ਬਾਦਲ ਨੋਟ ਇਨਵੋਲਵ ਇਨ ਸੈਕਰਲੇਜ, ਨੋ ਟਾਈਮ ਫਰੇਮ ਔਨ ਐਸ ਆਈ ਟੀ। ਮਤਲਬ ਕੋਈ ਟਾਈਮ ਫਰੇਮ ਨਹੀਂ ਗਾ ਕਿ ਇਨਵੈਸਟੀਗੇਸ਼ਨ ਅਸੀਂ ਕਦੋਂ ਖਤਮ ਕਰਾਂਗੇ। ਇਹਦੇ ਤੁਸੀਂ ਜ਼ਰੂਰ ਚਿੰਤਾ ਕਰਨੀ। ਅਤੇ 14 ਅਕਤੂਬਰ ਨੂੰ ਭਾਵੇਂ ਆਪਾਂ ਥੋੜ੍ਹੇ ਇਕੱਠੇ ਹੋਈਏ, ਥੋੜ੍ਹੇ ਹੋਵਾਂਗੇ ਪਰ ਹੋਵਾਂਗੇ, ਅਖਲਾਕ ਅਤੇ ਗੈਰਤ ਵਾਲੇ ਜਿਹੜੇ ਆਪਾਂ ਉੱਥੇ, ਉਹ ਦਿਨ ਇੱਕ ਵਾਰ ਉਹਨਾਂ ਦੀ ਬਰਸੀ ਵੀ ਮਨਾਵਾਂਗੇ ਅਤੇ ਉਸ ਦਿਨ ਨੂੰ ਇੱਕ ਕਾਲਾ ਦਿਵਸ ਜਾਂ ਰੋਸ ਦਿਵਸ ਦਾ ਨਾਮ ਦੇ ਕੇ ਆਪਣਾ ਰੋਸ ਵੀ ਦਰਜ ਕਰਾਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ, ਧੰਨਵਾਦ।